ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅਤੇ ਅੱਜ ਜੀ ਹੈਗਾ ਦੁਸ਼ਹਿਰਾ ਅਤੇ ਸਭ ਤੋਂ ਪਹਿਲਾਂ ਜੀ ਹੈਪੀ ਦੁਸ਼ਹਿਰਾ ਸਾਰਿਆਂ ਨੂੰ ਅਤੇ ਇੱਧਰ ਜੀ ਬਸ ਮੈਂ ਥੋੜ੍ਹੀ ਦੇਰ ਪਹਿਲਾਂ ਹੀ ਉੱਠੀ ਹਾਂ ਬਰੱਸ਼ ਵਗੈਰਾ ਕਰਕੇ ਆ ਗਈ ਸੀ ਅਤੇ ਮੈਂ ਹੁਣ ਪਹਿਲਾਂ ਨਾ ਨਹਾਉਣ ਚੱਲੀ ਸੀਗੀ ਅਤੇ ਨਹਾ ਕੇ ਆ ਗਈ ਹਾਂ ਹਲੇ ਮੈਂ ਨਹਾ ਕੇ ਇੱਦਾਂ ਮੈਕਸੀ ਪਾ ਲਈ ਹੈ ਅਤੇ ਫਿਰ ਸੂਟ ਮੈਂ ਬਾਅਦ 'ਚੋਂ ਪਾਵਾਂਗੀ ਤਿਆਰ ਹੋਵਾਂਗੀ ਜਦੋਂ ਅਤੇ ਇੱਧਰ ਜੀ ਫਿਰ ਮੈਂ ਆਪਣੀ ਦਵਾਈ ਸਵੇਰ ਦੀ ਭੁੱਲ ਗਈ ਸੀ ਅੱਜ ਖਾਣੀ ਅਤੇ ਨਹਾ ਕੇ ਆਈ ਹਾਂ ਹੁਣ ਫਿਰ ਮੈਨੂੰ ਚੇਤਾ ਆਇਆ ਮੈਂ ਕਿਹਾ ਪਹਿਲਾਂ ਮੈਂ ਦਵਾਈ ਖਾ ਲਾਂ ਫਿਰ ਮੈਂ ਕਿਚਨ ਦੇ ਵਿੱਚ ਹੀ ਖੜ੍ਹੀ ਹੋ ਕੇ ਦਵਾਈ ਖਾ ਰਹੀ ਸੀ ਹਲੇ ਚਾਹ ਪੀਣੀ ਹੈ ਮੈਂ ਸਵੇਰ ਦੀ ਚਾਹ ਨਹੀਂ ਪੀਤੀ ਹੈ ਅਤੇ ਲਓ ਜੀ ਦਵਾਈ ਮੈਂ ਖਾ ਲਈ ਹੈ ਆਪਣੀ ਜਿਹੜੀ ਖਾਣੀ ਸੀ ਸਵੇਰ ਵਾਲੀ ਦੋ ਬਿਸਕੁਟ ਖਾ ਲਏ ਆ ਨਾਲ ਅਤੇ ਇੱਧਰ ਆਪਾਂ ਪੁਦੀਨਾ ਤੋੜ ਕੇ ਲਿਆਂਦਾ ਆਪਣਾ ਜਿਹੜਾ ਕਿਚਨ ਗਾਰਡਨ ਦੇ ਵਿੱਚ ਲੱਗਿਆ ਹੋਇਆ ਅਤੇ ਪੁਦੀਨੇ ਨੂੰ ਸਾਫ਼ ਕਰ ਲਿਆ ਜਿਹੜਾ ਘਰ ਹੁੰਦਾ ਪੁਦੀਨਾ ਉਹ ਸਾਫ਼ ਹੀ ਹੁੰਦਾ ਵੈਸੇ ਫਿਰ ਵੀ ਮੈਂ ਥੋੜ੍ਹਾ ਬਹੁਤਾ ਦੇਖ ਲਿਆ ਜੀ ਮੈਂ ਕੋਈ ਵਾਰੀ ਕੀੜੇ ਵਗੈਰਾ ਲੱਗ ਜਾਂਦੇ ਨੇ ਧੂਲ ਮਿੱਟੀ ਜੀ ਕਾਫ਼ੀ ਹੁੰਦੀ ਹੈ ਅਤੇ ਪਾਣੀ ਦੇ ਵਿੱਚ ਹੀ ਪਾ ਦਿੱਤਾ ਪੁਦੀਨਾ ਮੈਂ ਜਿਵੇਂ ਮਿੱਟੀ ਮੁੱਟੀ ਲੱਗੀ ਹੁੰਦੀ ਨਾ ਪੱਤਿਆਂ ਨੂੰ ਤਾਂ ਸਾਫ਼ ਹੋ ਜਾਊਗੀ ਅਤੇ ਇੱਧਰ ਜੀ ਰਾਜਮਾਂਹ ਉਬਲਦੇ ਪਏ ਨੇ ਜਦ ਨੂੰ ਮੈਂ ਰਾਜਮਾਂਹ ਦਾ ਮਸਾਲਾ ਵਗੈਰਾ ਕਰ ਲਾਂਗੀ ਅੱਜ ਮੇਰੇ ਕੋਲ ਨਾ ਅਦਰਕ ਹੈ ਨਹੀਂ ਅਦਰਕ ਵੱਲੋਂ ਬੈਠੀ ਹਾਂ ਮੈਂ ਕੋਈ ਭਾਈ ਵੀ ਨਹੀਂ ਆਇਆ ਗਲੀ ਦੇ ਵਿੱਚ ਅਤੇ ਪਿਆਜ਼ ਅਤੇ ਲਸਣ ਤਾਂ ਮੈਂ ਪੀਸ ਕੇ ਰੱਖ ਲਿਆ ਅਤੇ ਰਾਜਮਾਂਹ ਵੀ ਉਬਾਲ ਕੇ ਰੱਖ ਲੈਣੇ ਤੇਰੇ ਪਾਪਾ ਹੁਣ ਗਏ ਨੇ ਅਦਰਕ ਅਤੇ ਹਰੀ ਮਿਰਚ ਲੈਣ ਨਾਲੇ ਥੋੜ੍ਹਾ ਕੰਮ ਵੀ ਸੀ ਇਹਨਾਂ ਨੂੰ ਹਲੇ ਤੱਕ ਆਏ ਨਹੀਂ 11 ਵੱਜ ਗਏ ਨੇ ਨਹੀਂ ਤਾਂ ਮੈਂ ਸਬਜ਼ੀ ਦਾ ਮਸਾਲਾ ਭੁੰਨ ਲੈਣਾ ਸੀਗਾ ਫਿਰ ਮੈਂ ਅਦਰਕ ਅਤੇ ਹਰੀਆਂ ਮਿਰਚਾਂ ਕਰਕੇ ਬੈਠੀ ਹਾਂ ਚਟਨੀ ਵੀ ਨਹੀਂ ਬਣੀ ਮੇਰੀ ਕਿਉਂਕਿ ਚਟਨੀ ਵੀ ਤਾਂ ਹੀ ਬਣੂਗੀ ਜੇ ਆਪਾਂ ਹਰੀਆਂ ਮਿਰਚਾਂ ਪਾਵਾਂਗੇ ਅਤੇ ਫਿਰ ਜਦ ਨੂੰ ਨਾ ਮੈਂ ਆਪਣਾ ਸੂਟ ਕੱਢ ਕੇ ਰੱਖਿਆ ਸੀ ਅਤੇ ਮੈਨੂੰ ਥੋੜ੍ਹਾ ਟਾਈਟ ਲੱਗਦਾ ਵੈਸੇ ਇਹਦੇ 'ਚ ਡਬਲ ਸੀਨ ਹੈਗੀ ਸੀਗੀ ਅਤੇ ਮੈਂ ਕਿਹਾ ਚਲੋ ਮੈਂ ਇਹਦੀ ਸੀਨ ਖੋਲ੍ਹ ਲੈਂਦੀ ਹਾਂ 2 ਮਿੰਟ ਹੀ ਲੱਗਣੇ ਆ ਅਤੇ 2 ਮਿੰਟ ਕਰਦੇ ਕਰਦੇ ਜੀ ਮੈਨੂੰ ਅੱਧਾ ਘੰਟਾ ਹੋ ਗਿਆ ਬਹੁਤ ਜ਼ਿਆਦਾ ਬਰੀਕ ਬਰੀਕ ਸੀਨ ਸੀਗੀ ਅਤੇ ਫਿਰ ਇਹਦੇ ਪਾਪਾ ਆ ਗਏ ਸੀ 11 ਕੁ ਵਜੇ 11:15 ਵਜੇ ਅਦਰਕ ਲੈ ਕੇ ਅਤੇ ਫਿਰ ਮੈਂ ਤਾਂ ਜਾਣਾ ਸੀ ਜੀ 2:30 ਵਜੇ ਆਉਣਾ ਸੀ ਦੁਸ਼ਹਿਰਾ ਦੇਖਣ ਨੂੰ ਅਤੇ ਇਹਨਾਂ ਨੇ ਫਿਰ ਕੰਮ 'ਤੇ ਜਾਣਾ ਸੀਗਾ ਅਤੇ ਕਹਿੰਦੇ ਹੁਣੇ ਚੱਲ 11:30 ਵਜੇ ਨੇ ਹਲੇ ਤਾਂ ਬਸ ਤਿਆਰ ਹੀ ਕਰਦੇ ਪਏ ਨੇ ਆਹ ਦੇਖੋ ਜੀ ਰਾਵਣ ਨੂੰ ਹਲੇ ਤਾਂ ਤਿਆਰੀਆਂ ਚੱਲਦੀ ਪਈਆਂ ਨੇ 11:30 ਵਜੇ ਦਾ ਟਾਈਮ ਹੈ ਅਤੇ ਬਸ ਲੋਕ ਨਾ ਇੱਥੇ ਪਹਿਲਾਂ ਹੀ ਦੇਖ ਦੇਖ ਕੇ ਜਾ ਰਹੇ ਸੀਗੇ ਜਿਵੇਂ 3:30, 4 ਵਜੇ ਦੇ ਵਿੱਚ ਦੇਖ ਕੇ ਚਲੇ ਜਾਂਦੇ ਨੇ ਲੋਕ ਅਤੇ ਸ਼ਾਮ ਨੂੰ ਤਾਂ ਬਹੁਤ ਘੱਟ ਹੀ ਆਉਂਦੇ ਹੈ ਕਿਉਂਕਿ ਬਹੁਤ ਜ਼ਿਆਦਾ ਰਸ਼ ਪੈ ਜਾਂਦਾ ਮੈਂ ਤਾਂ ਕਦੀ ਵੀ ਨਹੀਂ ਆਉਂਦੀ ਜੀ ਸ਼ਾਮ ਨੂੰ ਜਿਸ ਟਾਈਮ ਰਾਵਣ ਦਾ ਕੀ ਕਹਿੰਦੇ ਨੇ ਸਾੜਨ ਦਾ ਟਾਈਮ ਹੁੰਦਾ ਮੈਂ ਪਹਿਲਾਂ ਹੀ ਦੇਖ ਕੇ ਚਲੀ ਜਾਂਦੀ ਹਾਂ ਪਰ ਅੱਜ ਕੁਛ ਮੈਂ ਜ਼ਿਆਦਾ ਹੀ ਛੇਤੀ ਆ ਗਈ ਹਾਂ ਅਤੇ ਆਹ ਦੇਖੋ ਜੀ ਹਲੇ ਤਾਂ ਤਿਆਰੀਆਂ ਚੱਲਦੀ ਪਈਆਂ ਨੇ ਅਤੇ ਲੋਕ ਕਾਫ਼ੀ ਆਏ ਹੋਏ ਸੀ ਪਹਿਲਾਂ ਹੀ ਦੇਖ ਦੇਖ ਕੇ ਜਾਈ ਜਾ ਰਹੇ ਸੀ ਸ਼ਾਮ ਨੂੰ ਬਹੁਤ ਜ਼ਿਆਦਾ ਰਸ਼ ਪੈ ਜਾਂਦਾ ਫਿਰ ਥੋੜ੍ਹਾ ਆਪਣੀ ਸੇਫਟੀ ਵੀ ਚਾਹੀਦੀ ਹੁੰਦੀ ਹੈ ਨਾ ਅਤੇ ਇੱਧਰ ਬਸ ਮੈਂ ਵੀਡੀਓ ਬਣਾ ਰਹੀ ਸੀਗੀ ਥੋੜ੍ਹੀ ਜੀ ਸ਼ਾਮ ਨੂੰ ਫਿਰ ਬਣਨੀ ਵੀ ਨਹੀਂ ਸੀ ਅਤੇ ਹਲੇ ਸਾਰਾ ਘਰ ਦਾ ਕੰਮ ਮੇਰਾ ਜੀ ਪਿਆ ਹੋਇਆ ਸੀ ਇੱਦਾਂ ਅਦਰਕ ਕਰਕੇ ਬੈਠੀ ਸਬਜ਼ੀ ਵੀ ਨਹੀਂ ਬਣੀ ਭਾਂਡੇ ਸਫਾਈ ਸਾਰਾ ਕੰਮ ਮੇਰਾ ਹਲੇ ਪਿਆ ਹੋਇਆ 11:30 ਵਜ ਗਏ ਨੇ ਅਤੇ ਮੈਂ ਬਿਸਕੁਟ ਹੀ ਖਾ ਕੇ ਆਈ ਸੀਗੀ ਹਲੇ ਅਤੇ ਮੈਂ ਕਿਹਾ ਚਲੋ ਮੈਂ ਫੁਲਕਾ ਬਣਾ ਕੇ ਖਾਂਦੀ ਹਾਂ ਜਦ ਮੇਰੇ ਪਾਪਾ ਆ ਗਏ ਸੀਗੇ ਕਾਲੀ ਮਚਾਉਣ ਲੱਗ ਗਏ ਵੀ ਹੁਣੇ ਚੱਲਣਾ ਦੇਖਾਂ ਤਾਂ ਚੱਲ ਨਹੀਂ ਤਾਂ ਫਿਰ ਮੈਂ ਸ਼ਾਮ ਤੋਂ ਪਹਿਲਾਂ ਨਹੀਂ ਆਉਣਾ ਸ਼ਾਮੀ ਫਿਰ ਮੈਂ ਜਾਣਾ ਨਹੀਂ ਕਿਉਂਕਿ ਰਸ਼ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਘਬਰਾਹਟ ਹੁੰਦੀ ਹੈ ਆਹ ਦੇਖੋ ਜੀ ਕੁਰਸੀਆਂ ਵਗੈਰਾ ਲੱਗੀਆਂ ਹੋਈਆਂ ਸ਼ਾਮ ਦੀ ਪੂਰੀ ਤਿਆਰੀ ਹੁਣ ਕਰਦੇ ਪਏ ਨੇ ਉੱਥੇ ਉਹ ਦੇਖੋ ਜੀ ਸਟੇਜ ਵੀ ਤਿਆਰ ਕਰਦੇ ਪਏ ਨੇ ਤਿਆਰੀ ਤਾਂ ਪਹਿਲਾਂ ਤੋਂ ਸ਼ੁਰੂ ਕੀਤੀ ਹੋਈ ਸੀ ਜਿਹੜੀ ਮਾੜੀ ਮੋਟੀ ਰਹਿ ਗਈ ਉਹ ਸ਼ਾਮ ਤੱਕ ਇਹਨਾਂ ਨੇ ਕਰ ਲੈਣੀ ਹੈ ਹੁਣ ਸ਼ਾਮ ਨੂੰ ਤਾਂ ਬਿਲਕੁਲ ਵੀ ਜਗ੍ਹਾ ਨਹੀਂ ਲੱਭਣੀ ਸਾਰੀ ਕੁਰਸੀਆਂ ਭਰੀਆਂ ਹੋਣਗੀਆਂ ਕੁਰਸੀਆਂ ਕਿ ਲੋਕ ਬਨੇਰਿਆਂ 'ਤੇ ਵੀ ਚੜ੍ਹੇ ਹੋਣਗੇ ਜਿਹੜੇ ਨਾਲ ਨਾਲ ਘਰ ਹੁੰਦੇ ਨੇ ਅਤੇ ਧੁੱਪ ਵੀ ਬਹੁਤ ਜ਼ਿਆਦਾ ਸੀ ਅਤੇ ਮੈਨੂੰ ਵੀਡੀਓ ਬਣਾਉਣ ਦੇ ਵਿੱਚ ਵੀ ਨਾ ਕਾਫ਼ੀ ਜ਼ਿਆਦਾ ਦਿੱਕਤ ਆ ਰਹੀ ਸੀਗੀ ਮੈਨੂੰ ਵਿੱਚ ਦਿਖਦਾ ਵੀ ਨਹੀਂ ਪਿਆ ਸੀਗਾ ਫੋਨ ਦੇ ਵਿੱਚ ਵੀ ਵੀਡੀਓ ਬਣਦੀ ਵੀ ਪਈ ਹੈ ਕਿ ਨਹੀਂ ਆਹ ਦੇਖੋ ਜੀ ਆ ਸਟੇਜ ਲਾਈ ਹੋਈ ਹੈ ਕਾਫ਼ੀ ਉੱਚੀ ਅਤੇ ਵੈਸੇ ਕਾਫ਼ੀ ਵੱਡਾ ਗਰਾਊਂਡ ਹੈ ਕਾਫ਼ੀ ਵਧੀਆ ਇੱਧਰ ਬਣਾਏ ਆ ਰਾਵਣ
पिछली बार तो काफ़ी ज़रा छोटे सी, इस बार काफ़ी हाइट ठीक हैगी है रावण दी। होर भी कई जगह पर बनाए हुए ने, फिर असी ज़्यादा जगह पर गए नहीं, टाइम नहीं सी साढ़े कोल, ते घर बेटे ने भी भुख लगी हुई सी, ते फिर बस मैं काली काली फटाफट ना जी वीडियो वगैरह बनाई है। आ तो हैगा जी हले सवेर का टाइम है, चलो दोपहर का 11 बजे का, तो शाम को तो इतने ये जगह ही नहीं पता लगनी जगह केड़ी है, इन्नी पब्लिक इकट्ठी हो जानी है शाम को इतने। तो बस मैं एवं ही तुक्के नाल ही वीडियो बनाई जा रही हूँ, धुप्प दे विच कुछ इन्ना पता नहीं लगता वैसे मैनू, तो कुछ मैनू भुख भी लगी हुई सी, तो बेटा भी घर भुखा सीगा, तो मैनू सीगा फटाफट मैं घर जावां। आ तो रावण का भरा है लगता शायद, है ना, दो भरा ने रावण दे, इत्थे तां दो ही बने सी, बाकी मैनू पता नहीं किन्ने हुंदे ने। आ देखो जी बच्चों के खिडौने, खिडौने काफ़ी ज़्यादा, दुकाना भी लगिया हुई सीगियां, खाण पीण दी चीज़ां सीगियां काफ़ी ज़्यादा, खिडौने हो गए, मेकअप का समान, आ देखो जी एक बच्चा मंजर उत्ते टप्पी जा रहा है, ये शायद इन्ना ही होना बच्चा जड़े आ समान बेचन वाले ने। आ देखो जी ये सारा इत्थे दा व्यू, ते इधर रेहड़ी ते जी मैं समोसे लिते ने बेटे वास्ते, मैं तो खाने नहीं है, ते जी समोसे वगैरह लैके आ गई सी मैं घर, आंदे सारी बेचारे बच्चे नू पा के दिते ने समोसे, खा चुके हैं, तो वीडियो दी मैनु दिमाग च ही नहीं रहा, मैनू आप भुख लगी हुई सी, लत्तां लुत्तां मेरी काफ़ी ज़्यादा दर्द कर रही सी, मैनू डॉक्टर ने मना भी किया भी तुसी ज़्यादा देर भुखे नहीं रहना, तो मैं भी फिर जी फटाफट आ के अपनी चटनी पीसी है पुदीने की, तो फिर एक फुलका बनाया भारी जहा, तो बस मैं चटनी नाल ही खाण लग गई हूँ। बेटे ने दो समोसे खा ले, एक उहदे पापा ने खा लिया से समोसा, ते मूलियां कट्टियां पईयां सी मेरे कोल, सलाद कट के गई सी पहला, मैं दो चार मूलियां ले लिया। आ देखो जी रसोई दे विच कितना खलारा पिया होया, हले सब्जी बनानी है मैं, बाजी मैं फटाफट चटनी नाल लगी, चटनी दे विच मैं मिर्च ज़्यादा नहीं पाई है, बहुत घट पाई है, जिस तरह मैं डॉक्टर ने मना किया भी घट खाओ मिर्च वगैरह, फिर मैं घट ही पाई है, हरी वैसे भी नुकसान भी नहीं करती है। तो इधर जी हुण मैं फटाफट मसाला भुनना शुरू कर दिता राजमा दा, राजमा तो उबले पे ने अपने, तो टमाटर अदरक आपां पीस ले, आ देखो जी फटाफट आपां मसाला भुन के इहदे विच आपां लूण मिर्ची पा दिते, लूण पाता हल्दी पाती है लाल मिर्च ते गर्म मसाला, तो हुण आपां पावांगे जी अदरक, तो जिहड़ी हरी मिर्च पीस के रखी है, तो टमाटर, चलो जी सब्जी वगैरह मैं रख दी बनने वास्ते, हूँ मैं थोड़ी बहुत तैयार हुई हूँ, तो थोड़ी बहुत फोटो खिचाना तो बनता जी, तो फिर मैं का थोड़ी जी मैं हूँ फोटो शूट करावगी, फिर ही बाकी सारा काम करांगी। तो इधर जी मैं थोड़ी बहुत कोठे ते फिर फोटो वीडियो शूट कराई है, ज़्यादा तैयार तो मैं हो ही नहीं सी, जिस हिसाब ना मैं सोचा सी ना मैं इदा तैयार हो के, तो थोड़ी जी फोटो वगैरह करावगी, फिर बस काम ही इन्ना सीगा, तो बस कुछ हो ही नहीं पाया, मैं समझ नहीं आ रहा है कदी किधर नू मैं भजना पै रहा है, बिचे फिर मैं फोटो का भी काम शुरू किया हो, खिचाण का बिच ही मेरी सब्जी बनती पी है, बिच ही झाड़ू लगता वे, तो लो जी इधर मैं हाथ जोड़ के सारियां नू दशहरे दी वधाइयां दे रही सीगी, ते आ जी मैं अपने वालों वास्ते करदी पई हां तेल तैयार, ते हले मैं तुहाडे नाल कुछ भी शेयर नहीं किया, सिर्फ तेल तैयार करदी पई सी माड़ा जिहा दिखा दिता है, ते जे तुसी कहोगे कमेंट करके ते फिर मैं तुहानू पूरी इहदी रैसपी दे दांगी, तेल दी रैसपी कहिंदे आ, वैसे मैनू पता नहीं है की कहिंदे ने,
ਅਤੇ ਇੱਧਰ ਜੀ ਪਾਣੀ ਵੀ ਖਤਮ ਹੋਇਆ ਪਿਆ ਸਾਰਾ ਪੀਣ ਵਾਲਾ, ਨਾਲ ਨਾਲ ਮੋਟਰ ਚਲਾ ਕੇ ਪਾਣੀ ਭਰਦੀ ਪਈ ਹਾਂ। ਅਤੇ ਸਬਜ਼ੀ ਤਾਂ ਆਪਣੀ ਜੀ ਬਣ ਗਈ ਹੈ ਰਾਜਮਾਂ ਦੀ, ਅਤੇ ਇੱਧਰ ਫਟਾਫਟ ਨਾ ਆਪਾਂ ਹੁਣ ਪਿਆਜ਼ ਵਗੈਰਾ ਕੱਟ ਕੇ ਰੱਖੇ ਸੀ, ਜੀਰਾ ਵਗੈਰਾ ਪਾ ਦਿੱਤਾ, ਰਿਫਾਇੰਡ ਗਰਮ ਕਰ ਲਿਆ ਸੀਗਾ, ਅਤੇ ਪਿਆਜ਼ ਪਾਤੇ ਆ, ਥੋੜ੍ਹੇ ਜਿਹੇ ਕੜੀ ਪੱਤੇ ਦੇ ਪੱਤੇ ਪਾਤੇ ਨੇ, ਸਿੱਧਾ ਕੜੀ ਪੱਤਾ ਪਾ ਦਿੱਤਾ ਜੀ। ਮੈਂ ਦਿਮਾਗ ਨਹੀਂ ਅੱਜ ਮੇਰਾ ਕੰਮ ਕਰਦਾ ਪਿਆ, ਆਵਾਜ਼ ਭਰਨ ਲੱਗੇ ਵੀ ਥਕਾਵਟ ਬਹੁਤ ਜ਼ਿਆਦਾ ਹੋਈ ਪਈ ਹੈ। ਲਓ ਜੀ ਆਪਾਂ ਚੌਲ ਰੱਖ ਦਿੱਤੇ ਨੇ ਹੁਣ ਫੜਨ ਵਾਸਤੇ ਪਾਣੀ ਵਗੈਰਾ ਪਾ ਕੇ, ਅਤੇ ਸਬਜ਼ੀ ਨੂੰ ਆਪਣੇ ਉਬਾਲੇ ਆ ਰਹੇ ਨੇ, ਕੁੱਕਰ ਆਪਣਾ ਉੱਪਰ ਤੱਕ ਭਰਿਆ ਹੋਇਆ ਸਬਜ਼ੀ ਦਾ। ਮੈਂ ਜ਼ਿਆਦਾ ਬਣਾ ਲਈ ਸੀ, ਮੈਂ ਕਿਹਾ ਫਿਰ ਮੈਨੂੰ ਸ਼ਾਮ ਨੂੰ ਨਹੀਂ ਬਣਾਉਣੀ ਪਊਗੀ ਸਬਜ਼ੀ। ਅਤੇ ਲਓ ਜੀ ਆਪਣੇ ਚੌਲ ਤਾਂ ਬਣ ਗਏ ਨੇ, ਆਹ ਦੇਖੋ ਜੀ ਕਿੰਨੇ ਵਧੀਆ ਬਣ ਗਏ ਨੇ। ਹਲੇ ਮੈਂ ਇਹਨਾਂ ਨੂੰ ਹਿਲਾਵਾਂਗੀ ਨਹੀਂ, ਪਹਿਲਾਂ ਤੁਹਾਨੂੰ ਦਿਖਾਵਾਂਗੀ ਫਿਰ ਹਿਲਾਵਾਂਗੀ। ਕੜੀ ਪੱਤੇ ਦਾ ਬੜਾ ਵਧੀਆ ਫਲੇਵਰ ਆ ਰਿਹਾ ਸੀ ਚੌਲਾਂ ਦੇ ਵਿੱਚ। ਅਤੇ ਇੱਧਰ ਜੀ ਮੇਰਾ ਤੇਲ ਵੀ ਤਿਆਰ ਹੋ ਗਿਆ ਸੀ, ਇਹਨੂੰ ਮੈਂ ਭੁਣ ਕੇ ਅਤੇ ਇੱਕ ਕੱਪ ਦੇ ਵਿੱਚ ਕੱਢ ਲਿਆ, ਜਦੋਂ ਠੰਡਾ ਹੋ ਜਾਊਗਾ ਫਿਰ ਆਪਾਂ ਇਹਨੂੰ ਬੋਤਲ ਦੇ ਵਿੱਚ ਭਰ ਕੇ ਰੱਖ ਲਾਂਗੇ। ਅਤੇ ਆ ਜੀ ਸਲਾਦ ਮੈਂ ਸਵੇਰੇ ਹੀ ਪਹਿਲਾਂ ਕੱਟ ਲਿਆ ਸੀਗਾ, ਬਸ ਜੀ ਸਿੰਪਲ ਜਿਹੀ ਕੱਟ ਕੇ ਅਤੇ ਥੋੜ੍ਹੀ ਜਿਹੀ ਪਲੇਟ ਤਿਆਰ ਕਰਤੀ ਹੈ। ਅਤੇ ਹੁਣ ਜੀ ਆਪਾਂ ਫ੍ਰੀ ਹੋ ਗਏ ਹਾਂ, ਅਤੇ ਹੁਣ ਸਾਨੂੰ ਮਾਂ ਪੁੱਤਾਂ ਨੂੰ ਦੋਨਾਂ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਹੈ, 2:30 ਵੱਜ ਗਏ ਨੇ। ਅਤੇ ਬਸ ਜੀ ਹੁਣ ਆਪਾਂ ਸਾਰਾ ਕੰਮ ਕੁੰਮ ਨਿਬੇੜ ਲਿਆ, ਅਤੇ ਹੁਣ ਫਟਾਫਟ ਆਪਾਂ ਖਾਵਾਂਗੇ ਜੀ ਗਰਮ ਗਰਮ ਰਾਜਮਾਂਹ ਚੌਲ। ਅਤੇ ਆਓ ਫਰੈਂਡ ਤੁਸੀਂ ਵੀ ਸਾਡੇ ਨਾਲ ਖਾ ਲਓ ਰਾਜਮਾਂਹ ਚੌਲ, ਦੁਸਹਿਰਾ ਸਪੈਸ਼ਲ ਅੱਜ ਸਾਡੇ ਰਾਜਮਾਂਹ ਚੌਲ। ਫਰਿੱਜ ਦੇ ਵਿੱਚ ਨਾ ਕਾਫੀ ਸਬਜ਼ੀਆਂ ਵਗੈਰਾ ਪਈਆਂ ਸੀਗੀਆਂ, ਮੈਂ ਫਿਰ ਇੰਨਾ ਕੁਛ ਖਾਣਾ ਨਹੀਂ ਹੁੰਦਾ, ਇਸ ਕਰਕੇ ਮੈਂ ਕੁਛ ਜ਼ਿਆਦਾ ਖਾਸ ਨਹੀਂ ਬਣਾਇਆ। ਅਤੇ ਜਿਹੜੀ ਚੀਜ਼ ਬੱਚੇ ਨੂੰ ਵੀ ਪਸੰਦ ਹੋਵੇ ਅਤੇ ਆਪ ਨੂੰ ਵੀ ਪਸੰਦ ਹੋਵੇ, ਫਿਰ ਮੈਂ ਉਹੀ ਬਣਾ ਲਈ ਹੈ। ਰਾਜਮਾਂਹ ਚੌਲ ਸਾਰੇ ਖੁਸ਼ ਹੋ ਕੇ ਖਾਂਦੇ ਆ, ਸਿੰਪਲ ਅਤੇ ਟੇਸਟੀ। ਅਤੇ ਇੰਨੇ ਸਿੰਪਲ ਵੀ ਨਹੀਂ ਆਪਾਂ ਕਹਿ ਸਕਦੇ, ਰਾਜਮਾਂਹ ਚੌਲ ਤਾਂ ਸਾਰਿਆਂ ਨੂੰ ਪਸੰਦ ਹੁੰਦੇ ਨੇ, ਅਤੇ ਸਿੰਪਲ ਤਾਂ ਫਿਰ ਹੈ ਹੀ ਨਹੀਂ ਗੇ ਇਹ। ਲਓ ਜੀ ਆਪਣੇ ਗਰਮਾ ਗਰਮ ਰਾਜਮਾਂਹ ਚੌਲ ਬਣ ਕੇ ਤਿਆਰ ਨੇ, ਅਤੇ ਰਾਜਮਾਂਹ ਚੌਲ ਬਣੇ ਵੀ ਬਹੁਤ ਜ਼ਿਆਦਾ ਟੇਸਟੀ ਸੀ, ਅਤੇ ਸਾਨੂੰ ਭੁੱਖ ਵੀ ਬਹੁਤ ਜ਼ਿਆਦਾ ਰੱਜ ਕੇ ਲੱਗੀ ਹੋਈ ਸੀਗੀ। ਅਤੇ ਹੁਣ ਜੀ ਆਪਾਂ ਆਰਾਮ ਨਾਲ ਬਹਿ ਕੇ ਖਾਵਾਂਗੇ ਰਾਜਮਾਂਹ ਚੌਲ। ਬਾਕੀ ਸਾਡੇ ਇੱਧਰ ਬੱਚਿਆਂ ਨੇ ਵੀ ਰਾਵਣ ਵਗੈਰਾ ਬਣਾਇਆ ਹੋਇਆ ਪਿੱਛੇ, ਜੇ ਇੱਥੇ ਉਰੇ ਗਲੀ ਦੇ ਵਿੱਚ ਸਾੜਨਗੇ ਤਾਂ ਫਿਰ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਾਂਗੀ, ਜੇ ਪਾਰਕ ਦੇ ਵਿੱਚ ਲੈ ਗਏ ਤਾਂ ਫਿਰ ਨਹੀਂ ਕਰ ਸਕਾਂਗੀ। ਆਹ ਦੇਖੋ ਜੀ ਬਹੁਤ ਜ਼ਿਆਦਾ ਗਰਮ ਗਰਮ ਸੀਗੇ, ਮੈਂ ਗਰਮ ਗਰਮ ਮੂੰਹ ਦੇ ਵਿੱਚ ਤਾਂ ਪਾ ਲਏ, ਮੁੜ ਕੇ ਮੈਨੂੰ ਸਾਹਮਣੇ ਔਖੇ ਹੋ ਗਏ ਸੀ ਮੂੰਹ ਦੇ ਵਿੱਚ। ਅਤੇ ਆਹ ਦੇਖੋ ਜੀ ਹੁਣ ਮੈਂ ਆਪਣੀ ਪਲੇਟ ਲਿਆਈ ਹਾਂ ਤਿਆਰ ਕਰਕੇ, ਦੁਬਾਰਾ ਫਿਰ ਤੁਹਾਨੂੰ ਦਿਖਾ ਰਹੀ ਹਾਂ। ਮੈਂ ਵਿੱਚ ਥੋੜ੍ਹਾ ਜਿਹਾ ਸਲਾਦ ਰੱਖਿਆ ਸੀ, ਮੈਨੂੰ ਹੋਰ ਜ਼ਿਆਦਾ ਵਧੀਆ ਲੱਗਦੀ ਵੀ ਸੀ ਪਲੇਟ। ਆ ਬੇਟੇ ਨੂੰ ਮੈਂ ਅੱਧਾ ਫੁਲਕਾ ਦੇ ਦਿੱਤਾ, ਮੈਂ ਪਹਿਲਾਂ ਹੀ ਚਟਨੀ ਨਾਲ ਖਾ ਚੁੱਕੀ ਸੀ ਫੁਲਕਾ।